ਜਿਹੜਾ ਪੰਜਾਬ ਪੱਧਰ ਦਾ ਉਹ ਸਾਡੇ ਬਹੁਤ ਸਾਰੀਆਂ ਮੰਗਾਂ ਹੈ ਤੇ ਅਸੀਂ ਆ ਕਹਿੰਦੇ ਉਹਨਾਂ ਮੰਗਾਂ ਤੇ ਇਹ ਅਸੀਂ ਅੱਜ ਟੇਲਰ ਦਿਖਾ ਰਹੇ ਆ ਸਰਕਾਰ ਫਿਲਮ ਤਾਂ ਭਗਤ ਸਿੰਘ ਦੇ ਜਨਮ ਦਿਨ ਤੋਂ ਬਾਅਦ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਅਸੀਂ ਸਰਕਾਰ ਨਾਲ ਰੋਹਤ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਕਿ ਜੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਸਰਕਾਰ ਤੋਂ ਆਸਾਂ ਰੱਖਿਆ ਸੀ ਤੇ ਸਰਕਾਰ ਦਾ ਜਿਹੜਾ ਅਮਲ ਹੈ 6 ਮਹੀਨਿਆਂ ਦਾ ਲਗਭਗ ਪੂਰੀ ਤਰ੍ਹਾਂ ਲੋਕਾਂ ਦੇ ਉਲਟ ਹੈ ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ ਉਹਦੀ ਪੇਮੈਂਟ ਨਹੀਂ ਕਰੀ ਹਜੇ ਤੱਕ ਉਲਟਾ ਸਾਡੇ ਤੇ ਮੁਕਤਸਰ ਲਾਠੀਚਾਰਜ ਕਰਿਆ ਉਸ ਤੋਂ ਬਾਅਦ ਵੀ ਮੰਨ ਲਿਆ ਵੀ ਕੇਸ ਵੀ ਵਾਪਸ ਲਵਾਂਗੇ ਬਾਜਵਾ ਵੀ ਦੇਵਾਂਗੇ ਉਹ ਗੱਲ ਜਾਉਂਦੇ ਤਾਂ ਉੱਥੇ ਖੜੀ ਹੈ ਦੂਜਾ ਅੱਜ ਦੀ ਭਾਰਤ ਮਾਲਾ ਜਿਹੜੀਆਂ ਸੜਕਾਂ ਕੱਢ ਰਹੀ ਹੈ ਸਾਡੇ ਚਾਰ ਥਾਈਂ ਧਰਨੇ ਚੱਲ ਰਹੇ ਇਹਨਾਂ 'ਤੇ ਵੀ ਘੱਟੋ ਘੱਟ ਜਿਹੜਾ ਕਿਸਾਨਾਂ ਨੂੰ ਤੁਸੀਂ ਕੱਢ ਲਓ ਸੜਕ ਉਹਨਾਂ ਨੂੰ ਮਾਰਕੀਟ ਰੇਟ ਤਾਂ ਦੇ ਦਿਓ ਜੇ ਕਿਸਾਨਾਂ ਨੂੰ ਉਜਾੜਨ ਲੱਗੇ ਹੋ ਉਹ ਮਾਰਕੀਟ ਰੇਟ ਦੇਣ ਨੂੰ ਤਿਆਰ ਨਹੀਂ ਕਿਸਾਨਾਂ ਨੇ ਚੈੱਕ ਨਹੀਂ ਚੱਕੇ ਅਤੇ ਧੱਕੇ ਨਾਲ ਸੜਕ ਕੱਢਣ ਨੂੰ ਤਿਆਰ ਹੈ ਲੁਧਿਆਣੇ ਦੇ ਵਿੱਚ ਲਾਠੀਚਾਰਜ ਕੀਤਾ ਇਹਨਾਂ ਨੇ ਜਿਹੜੇ ਬੰਦੇ ਬੈਠੇ ਆ ਇਹ ਤੋਂ ਬਿਨਾਂ ਪਾਣੀ ਦਾ ਪ੍ਰਦੂਸ਼ਣ ਹੈ ਮੁੱਖ ਮੰਤਰੀ ਨੇ ਦੋ ਘੁੱਟਾਂ ਭਰੀਆਂ ਅਤੇ ਜਾ ਕੇ ਹਸਪਤਾਲ ਦਾਖਲ ਹੋਣਾ ਪੈ ਗਿਆ ਇਹ ਫੁੱਲ ਸਾਰਾ ਪੰਜਾਬ ਦਾ ਲੋਕ ਇਹ ਪਾਣੀ ਵਰਤੇ ਜਾਂਦੇ ਹੈ ਇਸ ਤੋਂ ਵੱਧ ਉਹਨੂੰ ਹੋਰ ਕੀ ਸਬੂਤ ਚਾਹੀਦਾ ਹੈ।